ਤੇ ਸਰਕਾਰ ਜਿਹੜੀ ਆ ਉਹ ਖਰੀਦ 6% ਦੇ ਛੂਟ ਦੇ ਰਹੀ ਹੈ। ਐਸਸੀਆਈ ਨੇ ਸੈਂਪਲਿੰਗ ਕਰ ਲਈ ਹੈ ਪਰ ਸਰਕਾਰ ਨੇ ਜਿਹੜਾ ਫੈਸਲਾ ਨਹੀਂ ਕੀਤਾ ਹੈਗਾ। ਜੇ ਕਣਕ ਦੀ ਖਰੀਦ ਨਹੀਂ ਹੁੰਦੀ ਤਾਂ 25 ਨੂੰ ਪੰਜਾਬ ਦੀਆਂ ਜ਼ਿਲ੍ਹਾ ਜਾਮ ਕਰਾਂਗੇ। ਕਣਕ ਦੀ ਖਰੀਦ ਜਿਹੜੀ ਆ ਹੋਣੀ ਚਾਹੀਦੀ ਹੈ। ਆਰਪੀਏ ਜਿਨ੍ਹਾਂ ਨੇ ਪੈਸੇ ਦਿੱਤੇ ਆ ਕਿਸਾਨਾਂ ਨੂੰ ਉਹ ਫਸਲਾਂ ਜਿਹੜੇ ਆ ਉਹ ਮੰਡੀਆਂ ਵਿੱਚ ਢੇਰੀ ਕਰਾਈ ਜਾਂਦੇ ਆ ਕਿਉਂਕਿ ਉਹਨਾਂ ਨੇ ਪੈਸੇ ਦਿੱਤੇ ਆ। ਹਾਲੇ ਕਲੀਅਰਲੀ ਜੇਕਰ ਕੱਲ ਨੂੰ ਕੱਟ ਲੱਗ ਗਿਆ ਤੇ ਫਿਰ ਆੜਤੀਆਂ ਨੇ ਕਿਸਾਨ ਨੂੰ ਲਾ ਦੇਣੇ। ਆਰਥਿਕ ਪੱਖੋਂ ਕਿਸਾਨੀ ਟੁੱਟੀ ਹੋਈ ਆ ਲੱਕੋ। ਇਹ ਸਰਕਾਰ ਇਹਨੂੰ MSP ਤੇ ਖਰੀਦੀ ਤਾਂ ਹੋ ਸਕਦਾ 500-400 ਰੁਪਇਆ ਵਾ ਸਾਨੂੰ ਪ੍ਰਾਈਵੇਟ ਖਰੀਦਦਾਰ ਦੇ ਜਾਂਦੇ। ਰੇਲਾਂ ਰੋਕਣੀਆਂ ਜਿਹੜੀਆਂ ਨੇ ਉਹਦੇ ਬਾਰੇ ਸਰਦਾਰ ਸਵਰਨ ਸਿੰਘ ਪੰਧੇਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਅਸੀਂ ਲਾਈਨ 'ਤੇ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਧੇਰ ਸਾਹਿਬ ਬਹੁਤ ਸਵਾਗਤ ਹੈ ਜੀ ਤੁਹਾਡਾ। ਜੀ ਪੰਧੇਰ ਸਾਹਿਬ ਸਵਾਗਤ ਹੈ ਤੁਹਾਡਾ ਜੀ। ਧੰਨਵਾਦ ਧੰਨਵਾਦ ਜੀ। ਪੰਧੇਰ ਸਾਹਿਬ ਕੀ ਪ੍ਰੋਗਰਾਮ ਬਣਾਇਆ ਗਿਆ ਜੀ 25 ਤਰੀਕ ਨੂੰ? ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਜੀ ਕਿਸਾਨਾਂ ਨੂੰ? ਦੇਖੋ ਇੱਕ ਤਾਂ ਮੰਡੀ ਦੀ ਅੱਡ ਨੇ, ਸਮਾਜ ਦੀ ਅੱਡ ਨੇ, ਇੱਕ ਤਾਂ ਅੱਜ ਅਸੀਂ SSP ਅੰਮ੍ਰਿਤਸਰ ਧਰਨਾ ਦੇ ਰਹੇ ਨਸ਼ੇ ਵਾਲੇ ਮੁੱਦੇ ਨੂੰ ਲੈ ਕੇ। ਦੂਸਰਾ ਹੈਗਾ ਮੰਡੀਆਂ ਵਿੱਚ ਜਿਹੜੀ ਗਰਮੀ ਪੈ ਗਈ ਮਾਰਚ ਦੇ ਵਿੱਚ ਉਹਦੇ ਕਰਕੇ ਕੁਛ ਕਣਕ ਦੇ ਦਾਣੇ ਜਿਹੜੇ ਆ ਉਹ ਪੂਰੇ ਵਿਕਸਿਤ ਨਹੀਂ ਹੋ ਸਕੇ। ਅਜੇ ਤੱਕ ਜਿਹੜੀਆਂ ਰਿਪੋਰਟਾਂ ਨੂੰ 17-18% ਹੈਗੇ ਆ ਤੇ ਸਰਕਾਰ ਜਿਹੜੀ ਆ ਉਹ ਖਰੀਦ 6% ਦੇ ਛੂਟ ਦੇ ਰਹੀ ਆ। SCI ਨੇ ਸੈਂਪਲਿੰਗ ਕਰ ਲਈ ਆ ਪਰ ਸਰਕਾਰ ਨੇ ਜੇ ਕੋਈ ਫੈਸਲਾ ਨਹੀਂ ਕੀਤਾ ਹੈਗਾ। ਤੇ ਅਸੀਂ ਇਹ ਕੀਤਾ ਵੀ ਜੇ ਕਣਕ ਦੀ ਖਰੀਦ ਨਹੀਂ ਹੁੰਦੀ ਤਾਂ 25 ਨੂੰ ਪੰਜਾਬ ਦੀਆਂ ਜ਼ਿਲ੍ਹਾ ਜਾਮ ਕਰਾਂਗੇ। ਜੇ ਸਰਕਾਰ ਕਰ ਦਿੰਦੀ ਆ ਤੇ ਆਪਾਂ ਕਣਕ ਦਾ ਸਵਾਲ ਨਹੀਂ ਹੈਗਾ, ਆਪਾਂ ਉਹਨੂੰ ਵਾਪਸ ਲੈ ਲਾਂਗੇ। ਸੋ ਕਣਕ ਦੀ ਖਰੀਦ ਜਿਹੜੀ ਆ ਹੋਣੀ ਚਾਹੀਦੀ ਆ। ਦੂਸਰਾ ਹੈਗਾ ਵੀ ਜੇ ਆਰਪੀਏ ਜਿਨ੍ਹਾਂ ਨੇ ਪੈਸੇ ਦਿੱਤੇ ਆ ਕਿਸਾਨਾਂ ਨੂੰ ਉਹ ਫਸਲਾਂ ਜਿਹੜੇ ਆ ਉਹ ਮੰਡੀਆਂ ਵਿੱਚ ਢੇਰੀ ਕਰਾਈ ਜਾਂਦੇ ਆ ਕਿਉਂਕਿ ਉਹਨਾਂ ਨੇ ਪੈਸੇ ਦਿੱਤੇ ਆ। ਹਾਲੇ ਕਲੀਅਰਲੀ ਜੇਕਰ ਕੱਲ ਨੂੰ ਕੱਟ ਲੱਗ ਗਿਆ ਤੇ ਫਿਰ ਆੜਤੀਆਂ ਨੇ ਕਿਸਾਨ ਨੂੰ ਲਾ ਦੇਣੇ। ਇਸ ਕਰਕੇ ਆ ਵੀ SCI ਜਲਦੀ ਤੋਂ ਜਲਦੀ ਕਿਸਾਨਾਂ ਨੂੰ ਜਿਹੜੀ ਆ ਉਹ ਕਣਕ ਦੇ ਵਿੱਚ ਛੂਟ ਦੇਵੇ ਤਾਂ ਜੋ ਮੰਡੀਆਂ ਵਿੱਚ ਕਿਸਾਨ ਜਿਹੜੇ ਆ ਉਹ ਰੋਣ ਲਾ। ਇਹ ਸਾਡਾ ਮਕਸਦ ਆ ਜੀ। ਅਕੀਦਾ ਸਾਹਿਬ ਤੁਹਾਡੇ ਸਵਾਲ ਹੋਣ ਜੀ ਪੰਧੇਰ ਸਾਹਿਬ ਨੂੰ ਕੋਈ? ਪੰਧੇਰ ਸਾਹਿਬ ਅਸਲ ਵਿੱਚ ਜਿਹੜਾ ਹੁਣ ਚੱਲ ਰਿਹਾ ਕਿਸਾਨਾਂ ਦਾ ਉੱਥੇ ਸਾਈਲੋ ਦੇ ਵਿੱਚ ਜਾ ਰਹੇ ਨੇ ਕਿਸਾਨ ਜੀ ਆਪਣਾ ਉੱਥੇ ਕਣਕ ਗੇਰਨ ਵਾਸਤੇ, ਕਾਫੀ ਡਿਸਪਿਊਟ ਚੱਲ ਰਿਹਾ, ਚਿੰਤਾ ਹੈ ਇਸ ਗੱਲ ਦੀ, ਖਾਸ ਕਰ ਮੋਗੇ 'ਚ। ਮੋਗੇ ਦੇ ਵਿੱਚ ਖਾਸ ਕਰਕੇ ਇਹ ਗੱਲ ਹੈਗੀ ਆ ਕਿ ਉੱਥੇ ਵੀ ਫਿਰ ਵਾਪਸ ਕਰਨ ਲੱਗ ਪਿਆ ਜੀ ਹੁਣ ਸਾਈਲੋ ਵਾਲੇ ਵੀ, ਜੇ ਕਣਕ ਦਾ ਨੋਰਮ ਠੀਕ ਨਹੀਂ ਹੈਗਾ ਤਾਂ। ਇਹ ਸੰਦਰਭ ਵਿੱਚ ਤੁਹਾਡੇ ਕਿਹੋ ਜਿਹੇ ਵਿਚਾਰ ਹੈਗੇ ਨੇ ਕਿਸਾਨਾਂ ਪ੍ਰਤੀ? ਦੇਖੋ ਦੋ ਵਾਰ ਸਾਡੇ ਕਿਸਾਨਾਂ ਪ੍ਰਤੀ ਪੋਜ਼ਿਟਿਵ ਵਿਚਾਰ ਆ ਵੀ ਜਿਵੇਂ ਪਿਛਲੇ 75 ਸਾਲਾਂ ਤੋਂ ਕਿਸਾਨੀ ਨੂੰ ਮਾਰਿਆ ਗਿਆ, ਆਰਥਿਕ ਪੱਖੋਂ ਕਿਸਾਨੀ ਟੁੱਟੀ ਹੋਈ ਆ ਲੱਕੋ, ਕਿਤੇ ਵੀ ਉਹਨਾਂ ਨੂੰ ਲੱਗਦਾ ਵੀ ਸਾਨੂੰ 2-4 ਫਾਇਦਾ, 200-400 ਦਾ ਫਾਇਦਾ ਹੁੰਦਾ, ਉਹ ਚਲੇ ਜਾਂਦੇ ਆ, ਉਹਨਾਂ ਦੀਆਂ ਭਾਵਨਾਵਾਂ ਸੁੱਚੀਆਂ ਨੇ। ਪਰ ਸਰਕਾਰ ਦੀ ਨੀਯਤ ਮਾੜੀ ਆ, ਸਰਕਾਰ ਜਿਹੜੀ ਆ ਉਹ ਪੋਲਿਸੀ ਤਹਿਤ ਜਿਹੜੀ ਆ ਇਸ ਵੇਲੇ, ਕਿਉਂਕਿ ਪ੍ਰਾਈਵੇਟ ਕਣਕ ਜਿਹੜੀ ਆ ਉਹਦਾ ਰੇਟ ਬਹੁਤ ਹੈ, ਕੌਮਾਂਤਰੀ ਮੰਡੀ ਚ 3-4 ਰੇਟ ਚੱਲਦਾ ਹੈ ਕਣਕ ਦਾ, ਕਿਉਂਕਿ ਯੂਕਰੇਨ ਤੇ ਰੂਸ ਦੀ ਜੰਗ ਕਰਕੇ ਦੋਵੇਂ ਬਹੁਤ ਵੱਡੇ ਕਣਕ ਪੈਦਾਵਾਰ 25% ਤੋਂ 20% ਕਹਿੰਦੇ ਘਾਟ ਹੈ ਕੌਮਾਂਤਰੀ ਮੰਡੀ ਹੈ। ਹੁਣ ਇਹ ਜੇ ਸਰਕਾਰ ਇਹਨੂੰ MSP ਤੇ ਖਰੀਦੀ ਤਾਂ ਹੋ ਸਕਦਾ 500-400 ਰੁਪਇਆ ਵਾ ਸਾਨੂੰ ਪ੍ਰਾਈਵੇਟ ਖਰੀਦਦਾਰ ਦੇ ਜਾਂਦੇ। ਇਹ SCI ਦੀਆਂ ਸ਼ਰਤਾਂ ਲਾ ਕੇ ਇੱਧਰੋਂ ਜਦੋਂ ਪਾਬੰਦੀ ਤੇ ਕਿਸਾਨਾਂ ਨੇ ਮੂੰਹ ਆਉਣ ਨੂੰ ਕੀਤਾ ਵਾ, ਪਰ ਉੱਥੋਂ ਜਿਹੜੀ ਗੱਲ ਨਿਕਲ ਕੇ ਆਈ ਆ ਵੀ ਉਹ ਕੁਆਲਿਟੀ ਦੇ ਨਾਂ ਤੇ, ਨਿੱਕੇ ਦਾਣਿਆਂ ਦੇ ਨਾਂ ਤੇ ਉਹਨਾਂ ਨੇ ਅੱਜ ਤਾਂ ਖਰੀਦ ਲੈਣਗੇ ਉਹ, ਅੱਜ ਤਾਂ ਉਸ ਕਹਿ ਰਹੇ 25 ਤੱਕ ਦਾ ਲਾਇਸੈਂਸ ਆ, ਇਹ ਵੀ ਸੰਭਵ ਹੈ 25 ਤੱਕ ਦਾ ਲਾਇਸੈਂਸ ਹੋਵੇ, ਪਰ ਉਹ ਤੋਂ ਬਾਅਦ ਕੀ ਕਰਾਂਗੇ ਜਿਹੜੇ ਨੇੜੇ ਦੀਆਂ ਮੰਡੀਆਂ ਉੱਥੇ ਬੰਦ ਹੋ ਗਈਆਂ। ਯਾਨੀ ਮੰਡੀ ਦੇ ਪੈਰਲਲ ਇੱਕ ਮੰਡੀ ਹੈਗੀ, ਜਾਂ ਤਾਂ ਅਦਾਨੀ ਜੀ ਦੇ ਗੋਦਾਮ ਨੂੰ ਸਰਕਾਰ ਆਪਣੇ ਅੰਡਰ ਕਰ ਲਵੇ ਤੇ ਉੱਥੇ ਭਾਵੇਂ ਜਮਾਂ ਕਰੀ, ਸਾਨੂੰ ਕੀ ਰੌਲਾ ਹੈਗਾ। ਤੇ ਅਸਲ ਵਿੱਚ ਅਸਿੱਧੇ ਜਾਂ ਸਿੱਧੇ ਤਰੀਕੇ ਨਾਲ ਅਸਲ ਵਿੱਚ ਕਿਸਾਨਾਂ ਦੀ ਖੇਤੀ ਮੰਡੀ ਵਾਲੇ ਪਾਸੋਂ ਮੋਹ ਭੰਗ ਕਰਕੇ ਪ੍ਰਾਈਵੇਟ ਖੇਤਰ ਦੀ ਖਰੀਦ ਨੂੰ ਬੜਾਵਾ ਦੇਣ ਵਾਲੀ ਗੱਲ ਹੈ। ਕਿਉਂਕਿ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਵੀ ਉਹ ਵਕਤੀ ਤੌਰ ਤੇ ਫਾਇਦਾ ਨਾ ਸੋਚਣ, ਹਿਮਾਚਲ ਵਾਲਾ ਸੋਚਣ। ਹਿਮਾਚਲ 'ਚ ਐਵੇਂ ਹੀ ਜਿਹੜਾ ਵਾ ਮੰਡੀ ਰੋਲਣ ਵਾਸਤੇ ਅਦਾਨੀ ਹੋਣਾ ਨੇ ਸੇਬ ਦਾ ਰੇਟ ਵੱਧ ਦੇ ਦਿੱਤਾ ਤੇ ਜਿਹੜੇ ਉੱਥੇ ਲੋਕਲ ਪਰਚੇਜਰ ਸੀਗੇ, ਛੋਟੇ ਵਪਾਰੀ ਸੀ, ਉਹ ਪਿੱਛੇ ਹਟ ਗਏ। ਤਾਂ ਜਦੋਂ ਪੂਰੀ ਤਰ੍ਹਾਂ ਮਾਰ ਚਲਦੀ ਸੇਬ ਦੀ ਮੰਡੀ ਉਹਨਾਂ ਦੇ ਹੱਥ 'ਚ ਆ ਗਈ, ਉਹ ਤੋਂ ਬਾਅਦ ਸੇਬ ਲੁੱਟ ਲਿਆ ਸੀਗਾ। ਇਸ ਪੱਖ ਨੂੰ ਖਿਆਲ ਰੱਖਣ। ਹਾਂ, ਕਿਸਾਨਾਂ ਵਿਚਾਰੇ ਦਿਲੋਂ ਨਹੀਂ ਮਾਰੇ ਹੈਗੇ, ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਵੀ ਲੰਮੇ ਦਾ ਤੋਂ ਸਰਕਾਰ ਨੇ ਸਾਡੇ ਗੜੀ ਲੁੱਟ ਕਿਵੇਂ ਕਰਦੀਆਂ।
हूँ जो मीडिया राही प्रचार जा रहा तो साडे किसान खड़नगे भी और सही सोच वाले पास भी तुरनगे जो मैं आस है ये ठीक है तुहाडी गल है। दूजी गल एक होर भी है अपना जिवें कि ना किसान आम तौर पर अपने किसानी मुद्दे नूं लैके ही संघर्ष करदे आ खास करके मंडियां दे विच कणक नहीं विकदी तां संघर्ष करदे आ क्यों नहीं जो हुण तेल किन्ना वध चुक्या तेल पिछले दिनों दे विचों 25-30 रुपये तेल वध चुक्या तो ये महंगाई बहुत ज़्यादा वध रही है क्यों नहीं किसान सारे लोगों को इकट्ठे होकर इहो जी क्योंकि तुहाडी जथेबंदी हैगी किसान मजदूर संघर्ष कमेटी तो इस क्यों नहीं इस मुद्दे लैके अपना लोग लहर पैदा कर दे के लोगों के पैदा हो कि महंगाई करके मर रहे हैं जी। देखो असं लगातार सरगर्म रहने साड़ी आवाज उड़ी वड़ी आवाज नहीं भी साडा दिता बयान सारे चैनल से चल जाए सारे थां आ जाए 10 रुपये लीटर आप जो इलेक्शन 137 दिन मोदी जी ने तेल नहीं बधाया इलेक्शन तो बाद लगातार तेल बढ़िया 10 रुपये पर लीटर बढ़िया है हुण ये अड्ड ने जिहड़े खादां दे रेट ने दवाइया के रेट ने यह अड्ड वध गए ने जी जी ला इन कहते एम एस पी मिनीम सपोर्ट प्राइस जी सा लागत कीमत है कणक की वह पूरी भी नहीं हैगी कॉस्ट के हिसाब से नहीं पूरी हैगी 5-6 रुपया पर क्विंटल घाटे से कणक विक रही है जिसे ये आंकड़े कटे ने हम असं ये तत्त चाहे तेल आए मसले के पेट्रोलियम पदार्थ हो चाहे चाहे वह नशे का मुद्दा हो चाहे कणक की खरीद का मुद्दा हो समाजिक मुद्दों से भी जे किसान मुद्दों से लगातार सरगर्म लेंगे पर साड़ी असं साफ कहने भी पूरे पंजाब से नहीं पकड़ है कि सारिया जथेबंदियां सच ये जिन्हें उन्होंने को पिंड जथेबंद 10% है पंजाब के कुल पंजाब के अजे 90% गैर जथेबंद लोग ने उन्हों तक किए पहुंची है लगातार साडा भी यतन है थोड़े राय भी बोलते रहने वो साडा यतन पूरा रहा वे महाज से एक प्लेटफॉर्म बना के सरकार खिलाफ जड़ी लुट हो रही आम जनता की किसान की मजदूर की उसके खिलाफ आवाज चकी होवेगी किसान की गल नवी खेती मशीन बीजा ते बागां की गल लेके चलांगे तुहानू रंगले पंजाब के खेतों वल जल्द आ रहा है साडा खास प्रोग्राम फार्मिंग विद अमरजीत वड़ैच सिर्फ D5 चैनल पंजाबी ते D5 चैनल पंजाबी हुणे सबसक्राइब करो बैल आइकन ते क्लिक करो। की हुंदी है जमाबंदी किवें बनदी है वसीयत जमीन जायदाद के हर मसले ते करांगे चर्चा देखना ना भुलना साडा खास।